ਬਹੁਤ ਹੀ ਬੈਸਟ ਹੈ। ਇਹਦਾ ਵਰਕ ਦੇਖੋ ਕਿੰਨਾ ਸੋਹਣਾ ਕੀਤਾ ਹੋਇਆ, ਬੜਾ ਹੀ ਸੋਬਰ ਤੇ ਸਿੰਪਲ ਕੰਮ ਕੀਤਾ, ਸਲੀਵਸ ਤੇ ਵੀ ਕੰਮ ਆਏਗਾ। ਐਂਡ ਇਹਦਾ ਘੇਰਾ ਵੀ ਬਣਿਆ ਹੋਇਆ ਜੇ, ਕੋਰਨਰ ਦੇਖੋ ਕਿੰਨੇ ਬੈਸਟ ਬਣੇ ਹੋਏ ਨੇ, ਕਾਵਿਆ ਦੇ ਨਾਲ ਕੋਰਨਰਸ ਦੀ ਕਟਿੰਗ ਹੋਈ ਹੈ। ਤੇ ਨਾਲ ਅਸੀਂ ਬੋਟਮ ਤੇ ਵੀ ਕੰਮ ਕੀਤਾ ਹੋਇਆ ਜੀ, ਬੋਟਮ ਵੀ ਬਹੁਤ ਸੋਹਣਾ ਪ੍ਰਿੰਟ, ਬੜਾ ਪਿਆਰਾ ਬੋਟਮ ਦਾ ਦੇਖੋ ਜੀ। 100% ਕੋਟਨ ਹੋਏਗੀ, ਕੋਈ ਮਿਕਸ ਨਹੀਂ ਹੋਏਗਾ, ਬੜਾ ਹੀ ਡਿਜ਼ਾਈਨਰ ਪੀਸ ਹੈ। ਨਾਲ ਅਸੀਂ ਇਹਦੇ ਟੈਬੀ ਦਾ ਦੁਪੱਟਾ ਰੈਡੀ ਕੀਤਾ ਜੀ, 4 ਸਾਈਡ ਕਰੋਸ਼ੀ ਦੀ ਲੇਸ ਦੀ ਨਾਲ ਇਹਦੀ ਫਿਨਿਸ਼ਿੰਗ ਦਿੱਤੀ ਹੋਈ ਦੁਪੱਟੇ ਨੂੰ। ਦੇਖੋ ਜੀ ਗ੍ਰੇ ਸਮੋਕ ਸ਼ੇਡ ਦਾ ਸੂਟ ਹੈ, ਐਂਡ ਅਸੀਂ ਇਹ ਫੈਬਰਿਕ ਦੇ ਉੱਪਰ ਪਿੰਕ ਐਂਡ ਗ੍ਰੇ ਸੂਟ ਰੈਡੀ ਕੀਤਾ ਸੀ। ਇਸ ਵਾਲਾ ਸੂਟ ਜਿਹੜਾ ਆ ਲਾਈਟ ਜੈਲੋ ਕਲਰ 'ਤੇ ਰੈਡੀ ਕੀਤਾ, ਇਹਦਾ ਫਰੰਟ ਬੈਕ ਘੇਰਾ ਬਣਿਆ ਹੋਇਆ ਜੇ, ਬਹੁਤ ਸੋਹਣਾ ਕੰਮ ਕੀਤਾ। ਇਹਦੀ ਬੈਕ 'ਤੇ ਵੀ ਵਰਕ ਆਏਗਾ ਜੀ, ਅਤੇ ਸਲੀਵਸ 'ਤੇ ਵੀ ਕੰਮ ਕੀਤਾ ਹੋਇਆ, ਸਲੀਵਸ ਹੈਵੀ ਹੋਣਗੀਆਂ ਦੇਖੋ, ਅਤੇ ਫੈਬਰਿਕ ਨੂੰ ਕੋਈ ਲਾਈਨਿੰਗ ਨਹੀਂ ਲੱਗੇਗੀ, ਬਹੁਤ ਬੈਸਟ ਫੈਬਰਿਕ ਹੈ। ਘੇਰਾ ਦੇਖੋ ਜੀ, ਫਰੰਟ ਬੈਕ ਸੇਮ ਬਣੀ ਹੋਏਗੀ, ਐਂਡ ਦੁਪੱਟਾ ਇਹਦੇ ਨਾਲ ਅਸੀਂ ਜੂਟ ਦਾ ਰੈਡੀ ਕੀਤਾ ਜੇ, ਸਿੰਪਲ ਦੁਪੱਟਾ ਹੋਏਗਾ। ਬਹੁਤ ਹੀ ਪਿਆਰਾ ਸੂਟ ਹੈ ਜੀ, ਕਲਰ ਬਹੁਤ ਸਮਰ ਕੂਲ ਜੀ ਸ਼ੇਡ ਹੈ, ਬਹੁਤ ਬੈਸਟ ਕਲਰ ਹੈ ਜੀ ਇਹ ਵੀ।